ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ ਜਿਸ ਨਾਲ ਜੁੜੀਆਂ ਤਸਵੀਰਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਬੀਤਾ ਦਿਨ ਹੀ ਬਾਬਾ ਬਕਾਰਾ ਦੀ ਇੱਕ ਵਿਲਕਦੀ ਮਾਂ ਦੀ ਵੀਡੀਓ ਅਸੀਂ ਤੁਹਾਨੂੰ ਵਿਖਾਈ ਸੀ ਅੱਜ ਤੁਹਾਨੂੰ ਵਿਖਾਉਂਦੇ ਹਾਂ ਇਸ ਪੂਰੇ ਪਿੰਡ ਦਾ ਹਾਲ ਪੀਟੀਸੀ ਨਿਊਜ਼ ਤੇ ਨਸ਼ਿਆਂ ਦੇ ਕਰਕੇ ਨੌਜਵਾਨਾਂ ਦੀਆਂ ਹੁੰਦੀਆਂ ਮੌਤਾਂ ਦੀਆਂ ਖਬਰਾਂ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀਆਂ ਜਾ ਰਹੀਆਂ ਨੇ ਇੱਕ ਵਾਇਰਲ ਵੀਡੀਓ ਵੀ ਦਿਖਾਇਆ ਗਿਆ ਜਿਸ ਦੇ ਵਿੱਚ ਬਾਬਾ ਬਕਾਲਾ ਦੇ ਪਿੰਡ ਥਾਣੇਵਾਲ ਦੇ ਇੱਕ ਪਰਿਵਾਰ ਦਾ ਨੌਜਵਾਨ ਜਿਸ ਦੀਆਂ ਨਸਾਂ ਦੇ ਵਿੱਚ ਨਸ਼ਾ ਇਸ ਕਦਰ ਦੌੜ ਰਿਹਾ ਹੈ ਕਿ ਉਹ ਖੂਨ ਦੇ ਰਿਸ਼ਤਿਆਂ ਨੂੰ ਹੀ ਭੁਲਾ ਬੈਠਾ ਹੈ ਇਸ ਪਰਿਵਾਰ ਦੇ ਜਵਾਨ ਪੁੱਤ ਨੂੰ ਬਸ ਨਸ਼ਾ ਚਾਹੀਦਾ ਹੈ ਜਿਸ ਦੇ ਲਈ ਘਰ ਦਾ ਇੱਕ ਇੱਕ ਸਮਾਨ ਤੱਕ ਵੇਚ ਚੁੱਕਿਆ ਤੇ ਜੇ ਘਰ ਦੇ ਕੋਈ ਸਮਾਨ ਲੁਕੋ ਕੇ ਰੱਖਦੇ ਵੀ ਨੇ ਤਾਂ ਇਹ ਪੁੱਤ ਆਪਣੀ ਮਾਂ ਤੇ ਵੀ ਹੱਥ ਚੁੱਕਣ ਤੋਂ ਨਹੀਂ ਚਿਪਦਾ ਕਿਉਂਕਿ ਨਸ਼ਾ ਰਗਾਂ ਦੇ ਵਿੱਚ ਅਜਿਹਾ ਦੌੜ ਰਿਹਾ ਹੈ ਕਿ ਜਿਸ ਮਾਂ ਦਾ ਖੂਨ ਰਗਾਂ ਦੇ ਵਿੱਚ ਦੌੜਦਾ ਹੈ ਉਸੇ ਮਾਂ ਨੂੰ ਹੀ ਭੁਲਾ ਬੈਠਾ ਹੈ ਪੁੱਤ ਪੀਟੀਸੀ ਨਿਊਜ਼ ਦੀ ਟੀਮ ਨੇ ਪਿੰਡ ਦੇ ਹਰ ਇੱਕ ਘਰ ਦਾ ਦੌਰਾ ਕੀਤਾ ਜੋ ਸਾਹਮਣੇ ਆਇਆ ਯਕੀਨ ਨਹੀਂ ਹੋ ਪਾਇਆ ਸਾਡੇ ਦਰਸ਼ਕ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਣਗੇ ਇਹ ਜਾਣ ਕੇ ਕਿ ਤੇ ਹਰ ਇੱਕ ਘਰ ਦੇ ਵਿੱਚ ਨਸ਼ਿਆਂ ਦੇ ਵਿੱਚ ਗਰਕ ਹੁੰਦੇ ਨੌਜਵਾਨ ਮਿਲੇ ਹਰ ਘਰ ਤੱਕ ਇਹ ਨਸ਼ਾ ਸਪਲਾਈ ਵੀ ਹੁੰਦਾ ਤੇ ਨਸ਼ਿਆਂ ਦਾ ਵਪਾਰ ਵੀ ਕੀਤਾ ਜਾਂਦਾ ਹੈ ਤੇ ਸਭ ਕੁਝ ਵੱਡੇ ਵੱਡੇ ਦਾਅਵੇ ਕਰਨ ਵਾਲੇ ਪ੍ਰਸ਼ਾਸਨ ਦੀ ਨੱਕ ਹੇਠ ਹੀ ਹੋ ਰਿਹਾ ਸਾਡਾ ਇਲਾਕਾ ਬਿਲਕੁਲ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਬਹੁਤ ਜ਼ਿਆਦਾ ਨਸ਼ਾ ਦੇਖ ਰਿਹਾ ਵਾ ਇੱਥੇ ਕੋਲ ਹੀ ਸਾਡੇ ਪਿੰਡ ਖਾਨਪੁਰ ਆ ਜੋਧੇ ਆ ਜਿੱਥੋਂ ਮਰਜ਼ੀ ਸੜਕਾਂ ਦੇ ਉੱਤੇ ਨਸ਼ੇ ਦੇ ਵਪਾਰੀ ਜਿਹੜੇ ਆ ਸਰੇਆਮ ਘੁੰਮ ਰਹੇ ਆ ਪ੍ਰਸ਼ਾਸਨ ਕੋਲੋਂ ਜਾਂ ਹੋਰ ਵੀ ਜੋ ਵੀ ਹੈਲਪ ਕਰ ਸਕਦਾ ਵਾ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਇਲਾਕੇ ਨੂੰ ਨਸ਼ਾ ਮੁਕਤ ਕਰ ਦਿਓ ਬਾਕੀ ਸਾਨੂੰ ਕੁਝ ਨਹੀਂ ਇਲਾਕੇ ਵਾਸਤੇ ਚਾਹੀਦਾ ਇੱਦਾਂ ਦੀਆਂ ਮਾਵਾਂ ਸਾਡੇ ਕੋਲੋਂ ਰੋਂਦੀਆਂ ਨਹੀਂ ਵੇਖੀਆਂ ਜਾਂਦੀਆਂ ਇੱਥੋਂ ਇਸ ਸੰਬੰਧੀ SDM ਦੇ ਨਾਲ ਗੱਲਬਾਤ ਕੀਤੀ ਗਈ ਤਾਂ ਰਟਿਆ ਰਟਾਇਆ ਜਵਾਬ ਹੀ ਮਿਲਿਆ ਕਿ ਕਾਰਵਾਈ ਕੀਤੀ ਜਾਏਗੀ ਪਰ ਕਦੋਂ ਕਿਵੇਂ ਤੇ ਕਿਸ ਤੇ ਇਸ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਦੇ ਕੋਲ ਹਾਂਜੀ ਵੀਡੀਓ ਵਾਇਰਲ ਜਿਹੜੀ ਹੋਈ ਉਹ ਮੇਰੇ ਕੋਲ ਆ ਗਈ ਹੈ ਮੀਟਿੰਗ ਕਰਕੇ ਉਸ 'ਤੇ ਪ੍ਰੋਪਰ ਕਾਰਵਾਈ ਕਰਾਂਗੇ ਪਿੰਡਾਂ ਦਾ ਖੁਦ ਦੌਰਾ ਕਰਾਂਗਾ ਔਰ ਦੌਰਾ ਕਰਕੇ ਬਲਕਿ ਪਰਿਵਾਰਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਾਂਗਾ ਪੰਜਾਬ ਦੇ ਵਿੱਚ ਕਰਜ਼ਿਆਂ ਨੇ ਕਿਸਾਨ ਮਾਰੇ ਤੇ ਨਸ਼ਿਆਂ ਨੇ ਨੌਜਵਾਨ ਕਈ ਸਵਾਲ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੇ ਲਈ ਵੀ ਨੇ ਕਿ ਆਖਿਰ ਕਦ ਤੱਕ ਰੋਂਦੀਆਂ ਰਹਿਣਗੀਆਂ ਮਾਵਾਂ ਆਖਿਰ ਕਦ ਜਾਗੇਗਾ ਪ੍ਰਸ਼ਾਸਨ ਤੇ ਸਰਕਾਰ ਨਸ਼ਾ ਮੁਕਤ ਪੰਜਾਬ ਜਾਂ ਫਿਰ ਨੌਜਵਾਨ ਮੁਕਤ ਪੰਜਾਬ ਬਾਬਾ ਬਕਾਲਾ ਤੋਂ ਸੁਨੀਲ ਦੇਵਗਨ ਬਿਊਰੋ ਰਿਪੋਰਟ PTC ਨਿਊਜ਼